ਦੀ ਐਂਟਰੀ ਆ ਭਾਈ ਅੱਗੇ ਭਾਈ ਇੱਧਰ ਨਹੀਂ ਜਾਓ ਅੰਦਰ ਤੁਹਾਡਾ ਲਾਈ ਚੱਲਦਾ ਪਿਆ ਨਾ ਮੋਹਰੇ ਨਾ ਕੋਈ ਜਾਵੇ ਸਵੇਰ ਦੇ ਆਏ ਕਿ ਬੱਚੇ ਮੈਨੂੰ ਪਹਿਲਾਂ ਪੁੱਛਿਆ ਟਾਈਮ ਅੱਛਾ ਜੀ ਨੀ
ਚਮਕਣ ਤਾਰੇ ਉਹ ਵੀ ਦਰਸ਼ਨ ਕਰ ਗਏ ਸਾਰੇ ਅੰਬਰੀ ਹੀ ਕੋਈ ਕੋਈ ਚਮਕਣ ਤਾਰੇ ਉਹ ਵੀ ਦਰਸ਼ਨ ਕਰ ਗਏ ਸਾਰੇ ਗੁਰਾ ਸੁੱਤੇ ਭਾਗ ਗੁਰਾ ਸੁੱਤੇ ਭਾਗ ਜਗਾਏ
ਹੋਣੀ ਕੋਈ ਨਗਰੀ ਕਾਂਛੀ ਜਈ ਸੋਹਣੀ ਮਨੂ ਮੋਣੀ ਕੋਈ ਨਗਰੀ ਤਿੰਨਾਂ ਲੋਕਾਂ ਵਿੱਚ ਨਹੀਂ ਓ ਹੋਣੀ ਕੋਈ ਨਗਰੀ ਜਿੱਥੇ ਗੂੰਜਦੇ ਨੇ ਹਾਂਜੀ ਜਿੱਥੇ ਗੂੰਜਦੇ ਨੇ ਜਿੱਥੇ ਗੂੰਜਦੇ ਨੇ ਸ਼ਬਦ ਖਾਨੇਰੇ ਸੱਚ ਮਿਲ ਮਹਿਮਾ ਜੇ ਦਿਗਾਉਂਦੇ ਨੇ ਦੀਨ ਤੇ ਇਮਾਨ ਜੇ ਨੂੰ ਸੀਸ ਚਕਾਉਂਦੇ ਨੇ ਹੱਕ ਅਤੇ ਸੱਚ ਮਿਲ ਮਹਿਮਾ ਜੇ ਦਿਗਾਉਂਦੇ ਨੇ ਦੀਨ ਤੇ ਇਮਾਨ ਜੇ ਨੂੰ ਸੀਸ ਚਕਾਉਂਦੇ ਨੇ ਜੀਦੇ ਦਰ ਲੱਖਾਂ ਹਾਂਜੀ ਜੀਦੇ ਦਰ ਲੱਖਾਂ ਖੁਸ਼ੀਆਂ ਤੇ ਖੇੜੇ ਦੀ ਕਿਰਪਾਲਤਾ ਕਰੋ ਜੀ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਆਗਾਜ਼ ਸ਼ੁਰੂ ਹੋ ਜਾਵੇਗਾ। ਬੀਬੀਆਂ ਭੈਣਾਂ ਅੱਗੇ ਬੇਨਤੀ ਕਰਦੇ ਕਿ ਪਹਿਲਾਂ ਆਰਾਮ ਨਾਲ ਬੈਠ ਕੇ ਚਾਹ ਦਾ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ, ਕਿਉਂਕਿ ਇਹ ਸਾਰਾ ਅਰੇਂਜਮੈਂਟ ਤੁਹਾਡੀ ਬਦੌਲਤ ਸਾਰਾ ਕੁਛ ਹੋਇਆ ਹੈ।
ਬੀ ਹੋਈ ਬਟਣੇ ਦੀਨੀ ਤੇ ਚੋਲੀ ਭਰ ਦਿੱਤੀ ਮੇਰੀ ਰੱਖੜੀ ਦੀ ਤੰਦ ਕੁਲੀ ਤੋੜੀ ਨਾ ਤੂੰ ਵੀਰਿਆ ਵਲ ਵਲ ਆਵਾ ਭੱਜੀ ਮੋੜੀ ਨਾ ਤੂੰ ਵੀਰਿਆ ਵਲ ਵਲ ਆਵਾ ਭੱਜੀ ਮੋੜੀ ਨਾ ਤੂੰ ਵੀਰਿਆ ਤੇਰੀਆਂ ਬਲਾਵਾਂ ਭੈਣਾ ਸਿਰ ਜਿਉਣ ਜੋਗੇ ਆਵੇ ਅਰਜ਼ਾਨੂ ਕਰੀ ਮਨਜ਼ੂਰ ਹੁਸੜੀਆਂ ਤੀਆਂ ਮਾਂ ਦੇ
ਰੱਬਾ ਮੇਰਿਆ ਦੱਸੀ ਸਾਥਾ ਹੋਇਆ ਕੀ ਕਸੂਰ ਕੁੜੀਆਂ ਚਿੜੀਆਂ ਲਾਉਣ ਕਾਲਾਈਆਂ।
ਬੇ ਜਿਨ੍ਹਾਂ ਨੇ ਹਜੇ ਤੱਕ ਚਾਰ
ਜਿਨ੍ਹਾਂ ਦਾ ਦੇਸ਼ ਭਗਤੀ ਦਾ ਸੌਂਗ ਕੀਤਾ ਹੋਇਆ ਉਹ ਕਿਰਪਾ ਕਰਕੇ ਬੱਚੇ ਸਟੇਜ 'ਤੇ ਆ ਜਾਓ ਪਹਿਲਾਂ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ 'ਤੇ। ਆਓ ਹੁਣ ਦੇਸ਼ ਭਗਤੀ ਦੇ ਗੀਤ ਨਾਲ ਬੱਚੀਆਂ ਸ਼ੁਰੂਆਤ ਕਰਨ ਜਾ ਰਹੀਆਂ ਹੈ ਮੰਨਤ ਐਂਡ ਗਰੁੱਪ। ਆਓ
ਬਈ ਇੱਕ ਬੇਨਤੀ ਆ, ਜਿੰਨੇ ਬੱਚੇ ਕੁਰਸੀਆਂ 'ਤੇ ਬੈਠੇ ਆ ਬੱਚਿਓ ਸਾਰੇ ਅੱਗੇ ਬੈਠੋ ਆ ਕੇ, ਕੁਰਸੀਆਂ ਸਿਰਫ ਬੀਬੀਆਂ ਵਾਸਤੇ ਆ। ਬੇਨਤੀ ਆ ਬੱਚਿਆਂ ਨੂੰ, ਜਿਹੜੇ ਬੱਚੇ ਕੁਰਸੀਆਂ 'ਤੇ ਬੈਠੇ ਆ ਨਾ, ਉਹ ਕਿਰਪਾ ਕਰਕੇ ਸਾਰੇ ਮੂਹਰੇ ਆ ਜਾਓ, ਉਹਨਾਂ ਵਾਸਤੇ ਸਪੈਸ਼ਲੀ ਅੱਗੇ ਵਿਛਾਈ ਕੀਤੀ ਹੋਈ ਆ। ਹੁਣ ਪਹਿਲੀ ਪਰਫੋਰਮੈਂਸ ਦੇਸ਼ ਭਗਤੀ ਸੌਂਗ ਤੋਂ, ਮੰਨਤ ਗੀਤਾ ਗੌਰੀ ਐਂਡ ਪਾਰਟੀ ਰੈਡੀਓ। Hare Rama, Hare Rama, Rama Rama, Hare Hare Krishna, Hare Krishna, Krishna Krishna, Hare ਮੇਰੀ ਜਾਨ, ਸਾਰੇ ਜਗ ਮੇ ਕਹੀਂ ਨਹੀਂ ਹੈ ਦੂਸਰਾ ਹਿੰਦੁਸਤਾਨ, ਦੂਸਰਾ ਹਿੰਦੁਸਤਾਨ, ਦੂਸਰਾ ਹਿੰਦੁਸਤਾਨ। Oh.
संगम ये जीवन की तो की माला हम अपने भगवान को भी कहते हैं बांसुरी वाला बांसुरी वाला बांसुरी वाला ये मेरा इंडिया आई लव माय इंडिया दुल्हन के माथे की बिंदिया ये मेरा इंडिया आई लव माय इंडिया ये मेरा इंडिया आई लव माय इंडिया वतन मेरा इंडिया सजन मेरा इंडिया करम मेरा इंडिया धर्म मेरा ਬੱਚਿਆਂ ਨੇ ਕੀਤੀ ਇੱਕ ਵਾਰੀ ਜ਼ੋਰਦਾਰ ਤਾਰੀਆਂ ਹੋ ਜਾਣ ਹੁਣ ਅਗਲੀ ਪੇਸ਼ਕਸ਼ ਹੈ ਮੁਸਕਾਨ ਦੇਸ਼ ਰੰਗਲਾ ਆ ਜਾਓ ਜੀ
ਬਹੁਤ ਹੀ ਵਧੀਆ ਪਰਫੋਰਮੈਂਸ ਦਿੱਤੀ ਆਪਣੀ। ਸਾਡੇ ਤੋਚੀ ਭਾਅ ਜੀ ਹੁਣੀ 500 ਰੁਪਈਆ ਬੱਚਿਆਂ ਲਈ ਦਿੱਤਾ ਹੈ, ਉਹ ਅਸੀਂ ਅਨਾਊਂਸ ਕਰਦੇ ਹਾਂ। ਅਗਲੀ ਹੈਗਾ ਜੈਸਮੀਨ, ਜੈਸਮੀਨ ਉਹਨਾਂ ਦੀ ਵਾਰੀ ਆ, ਆ ਜਾਓ ਜੀ। ਸੌਂਗ ਦਿਓ ਪਹਿਲਾਂ ਆਪਣਾ ਕਿਹੜਾ ਆ, ਜੈਸਮੀਨ ਐਂਡ ਬਨੀਤਾ। ਸਾਡੇ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ ਕਿਉਂਕਿ ਅੱਜ 15 ਅਗਸਤ ਦਾ ਦਿਹਾੜਾ ਹੈ ਔਰ ਕੋਟਲੇ ਵਿੱਚ ਤੀਆਂ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਇਸ ਲਈ ਸਾਰੀਆਂ ਸੰਗਤਾਂ ਦਾ ਇਕੱਠੇ ਹੋਣ 'ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਂ ਬੱਚਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿਨ੍ਹਾਂ ਨੇ ਪਰਫੋਰਮੈਂਸ ਕਰਨੀ ਹੈ ਉਹ ਆਪਣਾ ਸੌਂਗ ਭਾਅ ਜੀ ਹੁਣਾਂ ਨੂੰ ਪਹਿਲਾਂ ਦੱਸਣ ਔਰ ਮੋਬਾਈਲ ਨਾਲ ਲੈ ਕੇ ਆਉਣ ਜੀ ਆਪਣਾ। ਇਸ ਤੋਂ ਬਾਅਦ ਮੰਨਤ ਐਂਡ ਸੁਖਮਨ ਦੀ ਵਾਰੀ ਹੈ, ਉਹਨਾਂ ਦਾ ਸੌਂਗ ਹੈ ਜੀ ਗੱਡੇ 'ਤੇ ਪੰਜਾਬ। ਬਾਪੂ ਜੀ ਨੇ ਉਹਨਾਂ ਨੂੰ ਮਨਾ ਕਾਹਤੋਂ ਕਰਤਾ? ਕਿਹੜੀ ਗੱਲ ਤੋਂ? ਸਾਡੇ ਗਾਉਣ ਤੋਂ। ਘਰੇ ਵੀ ਤਾਂ ਅਸੀਂ ਗਾਉਣੀਆਂ ਹੀ ਆ। ਐ ਤਾਂ ਤੁਸੀਂ ਘਰੇ ਚੁੰਨੀ ਵੀ ਨਹੀਂ ਲੈਂਦੀਆਂ, ਪਰ ਜਦੋਂ ਬਾਹਰ ਜਾਂਦੀ ਹੋ ਉਦੋਂ ਸਿਰ ਤੇ ਚੁੰਨੀ ਲੈਂਦੀ ਹੋ ਕਿ ਨਹੀਂ?
ਵਧੀਆ ਕੀਤਾ ਬੱਚਿਆਂ ਨੇ, ਤਾਰੀਆਂ ਆਪਣੇ ਆਪ ਹੀ ਹੌਸਲਾ ਅਫਜ਼ਾਈ ਕਰਦੀਆਂ ਬੱਚਿਆਂ ਦਾ, ਆਪਣੇ ਆਪ ਹੀ ਤਾਰੀਆਂ ਮਾਰਦਿਆ ਕਰੋ। ਇਸ ਤੋਂ ਬਾਅਦ ਮਾਨਵੀ, ਮਾਨਵੀ ਮੰਨਤ ਐਂਡ ਸੁਖਮਨ, ਮੰਨਤ ਐਂਡ ਸੁਖਮਨ ਸਟੇਜ 'ਤੇ ਆ ਜਾਣ, ਆਪਣਾ ਸੌਂਗ ਦੇ ਦੇਣ ਜਿਹੜਾ ਪਲੇ ਕਰਨਾ ਆ। Yeah, check this next track. ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਰੇ ਹੀ ਸਕੂਲਾਂ ਦੇ ਵਿੱਚ ਅੱਜ 15 ਅਗਸਤ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ, ਇਸ ਕਰਕੇ ਬੱਚੇ ਸਕੂਲ ਗਏ ਹੋਏ ਨੇ। ਜਿਹੜੇ ਵੀ ਬੱਚੇ ਆ ਜਾਂਦੇ ਨੇ ਸਕੂਲੋਂ, ਉਹ ਆਪਣੀ ਪਰਫੋਰਮੈਂਸ ਸਾਨੂੰ ਲਿਖਾ ਦੇਣ ਤਾਂ ਜੋ ਉਹ ਵੀ ਪਰਫੋਰਮ ਕਰ ਸਕਣ। ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਬਹੁਤ ਹੀ ਵੱਧ ਚੜ੍ਹ ਕੇ ਸੰਗਤਾਂ ਨੇ ਹਿੱਸਾ ਲਿਆ ਹੈ। ਤਕਰੀਬਨ ਸਾਰੇ ਹੀ ਪਿੰਡਾਂ ਦੇ ਵਿੱਚ ਬਹੁਤ ਹੀ ਧੂਮਧਾਮ ਨਾਲ ਇਹ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਤੋ ਸਾਡੇ ਨਗਰ ਦੇ ਵਿੱਚ ਵੀ ਅੱਜ ਇਹ ਪ੍ਰੋਗਰਾਮ ਹੋ ਰਿਹਾ ਹੈ। ਮੈਂ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਕਰ ਰਹੀ ਹਾਂ। ਮੰਨਤ ਐਂਡ ਸੁਖਮਨ ਸੁਣ ਹੁਸਣ ਦੀ ਏ ਸਰਕਾਰੇ, ਹੌਲੀ ਆਪ ਤੂੰ ਨਖਰੇ ਪਾਰੇ, ਸਾਡੀ ਕਾਦੀ ਐ ਸਰਦਾਰੀ, ਜੇ ਤੇਰੀ ਰਹਿ ਗਈ ਰੀਝ ਕੁਵਾਰੀ, ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ, ਓਏ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ, ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ, ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ। ਸੂਹੀ ਲੈ ਕੇ ਇੱਕ ਫੁੱਲ
ਮੱਥੇ ਵਿੱਚ ਬੰਨੇ ਬੰਨੇ ਚੂਪਦੀ ਫਿਰੀ ਸੋਹਣੀਏ ਗੰਨੇ ਖੇਤਾਂ ਦੇ ਵਿੱਚ ਬੰਨੇ ਬੰਨੇ ਚੂਪਦੀ ਫਿਰੀ ਸੋਹਣੀਏ ਗੰਨੇ ਸੈਰ ਮੈਂ ਖੇਤਾਂ ਦੀ ਕਰਵਾ ਦੂੰ ਨੀ ਭੰਨ ਕੇ ਛੱਲੀਆਂ ਆਪ ਖਵਾ ਦੂੰ ਓਏ ਤੇਰਾ ਤੂੰ ਤਾਂ ਥੱਲੇ ਆਪ ਮੰਜਾ ਡਾ ਦੂੰ ਸੋਹਣੀਏ ਨੀ ਤੇਰਾ ਤੂੰ ਤਾਂ ਥੱਲੇ ਆਪ ਮੰਜਾ ਡਾ ਦੂੰ ਸੋਹਣੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂੰ ਗੋਰੀਏ ਨੀ ਤੇਰਾ ਜ਼ੋਰਦਾਰ ਤਾਰੀਆਂ ਹੋ ਜਾਣ। ਇਸ ਤੋਂ ਬਾਅਦ ਮਾਨਵੀ ਐਂਡ ਗਰੁੱਪ ਗਾਣਾ ਦਿਓ ਜੀ ਆਪਣਾ। ਪਲੇ ਕਰ ਦਿਓ ਭਾਜੀ। ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਜੀ ਚੁੱਪ ਦਾ ਦਾਨ ਬਖਸ਼ੋ। ਜਿਨ੍ਹਾਂ ਨੇ ਹਲੇ ਚਾਹ ਦਾ ਲੰਗਰ ਨਹੀਂ ਛਕਿਆ ਚਾਹ ਦਾ ਲੰਗਰ ਚੱਲ ਰਿਹਾ ਹੈ ਉਹ ਵੀ ਪੀਣ ਦੀ ਕਿਰਪਾਲਤਾ ਕਰਨ ਜੀ। ਵੀ ਸਾਰਿਆਂ ਬੱਚਿਆਂ ਨੂੰ ਬੇਨਤੀ ਇੱਕ ਰਿਕੁਐਸਟ ਆ ਵੀ ਜਿਹੜਿਆਂ ਬੱਚਿਆਂ ਨੇ ਵੀ ਆਪਣੇ ਸੌਂਗ 'ਤੇ ਪਰਫੋਰਮੈਂਸ ਕਰਨੀ ਆ ਨਾ ਉਹ ਸਾਡੇ ਕੋਲ ਡਾਊਨਲੋਡ ਕਰਕੇ ਲੈ ਕੇ ਆਉਣ ਕਿਉਂਕਿ ਸਿੱਧੇ ਯੂਟਿਊਬ 'ਤੇ ਗਾਣੇ ਨਹੀਂ ਚੱਲਦੇ ਵਿੱਚ ਵਿੱਚ ਗਲਾ ਬੰਦ ਹੋਈ ਜਾਂਦਾ ਹੈਗਾ ਉਹ ਫਾਇਦਾ ਕੋਈ ਨਹੀਂ ਉਸ ਚੀਜ਼ ਦਾ। ਬੇਨਤੀ ਆ ਸਾਰੇ ਬੱਚਿਆਂ ਨੂੰ ਵੀ ਜਿਹਨਾਂ ਵੀ ਗਾਣੇ ਤੁਸੀਂ ਪਰਫੋਰਮੈਂਸ ਕਰਨੀ ਹੈ ਜਿਹੜੇ ਵੀ ਗਾਣੇ 'ਤੇ ਉਹ ਆਪਣਾ ਗਾਣਾ ਡਾਊਨਲੋਡ ਕਰਕੇ ਲੈ ਕੇ ਆਓ ਰਿਕੁਐਸਟ ਆ ਕਿਉਂਕਿ ਇੱਦਾਂ ਬਹੁਤ ਟਾਈਮ ਖਰਾਬ ਹੁੰਦਾ ਸਾਰਿਆਂ ਦਾ। ਸੂਫੀਆ ਆ ਜਾਓ ਸਟੇਜ 'ਤੇ। ਇਹਨਾਂ ਬੱਚਿਆਂ ਦਾ ਗਾਣਾ ਹਲੇ ਪਲੇ ਨਹੀਂ ਹੋਇਆ ਸੈੱਟ।
ਅਗਲਾ ਬੱਚਾ ਸੋਫੀਆ, ਸੋਫੀਆ ਆ ਜਾਓ ਵਿੱਚ। ਕੌਣ ਸੋਫੀਆ? ਕਮ ਔਨ ਸਟੇਜ। ਲਾਓ ਜੀ ਸੋਫੀਆ ਦਾ ਸੌਂਗ। Lahoria production in the mix. ਜੋਸ਼ ਜੋ
ਬਹੁਤ ਹੀ ਅੱਛੀ ਪਰਫੋਰਮੈਂਸ। ਸਾਡਾ ਇਹ ਪ੍ਰੋਗਰਾਮ BPC ਲਾਈਵ 'ਤੇ ਲਾਈਵ ਚੱਲ ਰਿਹਾ ਹੈ, ਸਰਚ ਮਾਰ ਕੇ ਦੇਖ ਸਕਦੇ ਹੋ ਜੋ ਵੀ ਬਾਹਰ ਬੈਠੇ ਸੱਜਣ। ਇਸ ਤੋਂ ਬਾਅਦ ਲੀਜ਼ਾ, ਬੱਚੀ ਲੀਜ਼ਾ, ਲਓ ਜੀ। ਕੱਚੀ ਕਰਦੀ ਚਲਾਕੀਆਂ, ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਗੀਆਂ, ਚਿੱਟੇ ਚਿੱਟੇ ਦੰਦਾਂ ਵਿੱਚ ਆਉਣ ਹਾਸੀਆਂ, ਗੋਰਾ ਮੁੱਖੇ ਉਹਦੇ ਫੁੱਲਾਂ ਦੀ ਕਿਆਰੀ। ਉਹ ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ। ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ। ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ, ਮਿੰਨਾ ਮਿੰਨਾ ਪੱਬਾਂ ਉੱਤੇ ਪਾਉਂਦੀ ਭੰਗੜਾ ਵੀ ਕੁੜੀ ਜੱਟ ਨੂੰ ਪੱਟਣ ਦੀ ਮਾਰੀ। ਵਧੀਆ ਪਰਫੋਰਮੈਂਸ। ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਬੱਚਿਆਂ ਨੂੰ ਲਾਈਵ ਚੱਲ ਰਿਹਾ ਹੈ ਆਪਣੇ ਕੋਲ ਬਿਠਾਓ, ਜਿਸ ਬੱਚੇ ਦੀ ਵੀ ਵਾਰੀ ਆਉਂਦੀ ਹੈ ਉਹੀ ਬੱਚਾ ਸਟੇਜ ਦੇ ਉੱਤੇ ਆ, ਬਾਕੀ ਬੀਬੀਆਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾਓ ਜੀ। ਹੁਣ ਇੱਕ ਬੱਚਾ ਪੋਇਮ ਬੋਲੇਗਾ, ਆ ਜਾਓ ਜੀ। ਗੁੱਡ ਆਫਟਰਨੂਨ ਐਵਰੀਵਨ, I am going to tell a poem. Lal Kile ke aas paas hai azadi ka mela, sabse upar nach raha hai jhanda ek akel, kadam bilate band bajate fauji aate jaate, pure lawn mein bacche boodhe chane murmure khate, कहते आज का दिन आज़ाद हुआ था देश, आज का दिन अंग्रेजों का राज हुआ था, जय हिंद। बहुत अच्छी परफॉर्मेंस जी, आजो जी, बोल सकते बच्चा आजो।
ਹੁਣ ਅਗਲੀ ਪਰਫਾਰਮੈਂਸ ਮਾਨਵੀ ਐਂਡ ਗਰੁੱਪ। ਛੋਟੇ ਛੋਟੇ ਬੱਚਿਆਂ ਦੀ ਕੋਈ ਗੱਲ ਨਹੀਂ, ਜਿੱਦਾਂ ਦਾ ਵੀ ਕਰਦੇ ਸ਼ੌਂਕ ਹੈ ਬੱਚਿਆਂ ਨੂੰ। ਇਸ ਤੋਂ ਬਾਅਦ ਮੁਸਕਾਨ, ਮੁਸਕਾਨ ਆ ਜਾਓ ਜੀ।
ਛਣ ਛਣ ਲਾਈ ਸੱਤ ਰੰਗੀ ਵਾਂਗ ਨੇ ਨੇਲ ਪੋਲਿਸ਼ਾਂ ਦੇ ਤਿੱਖੇ ਤਿੱਖੇ ਰੰਗ ਨੇ ਛਣ ਛਣ ਲਾਈ ਸੱਤ ਰੰਗੀ ਵਾਂਗ ਨੇ ਨੇਲ ਪੋਲਿਸ਼ਾਂ ਦੇ ਤਿੱਖੇ ਤਿੱਖੇ ਰੰਗ ਨੇ ਫ੍ਰੈਗਰੈਂਸ ਛੱਡਣੀ ਡਿਊਟੀ ਜੱਟ ਦੀ ਤੇ ਤੇਰਾ ਟੌਰ ਕੱਢਣਾ ਰੁਟੀਨ ਬੱਲੀਏ ਡਾਰਕ ਲਾਈਟ ਕੋਈ ਰੰਗੀਨ ਬੱਲੀਏ ਸੂਟ ਤੇਰੇ ਐਵਰਗ੍ਰੀਨ ਬੱਲੀਏ ਸੁਣੇ ਸੁਣੇ ਗੁੱਟ ਦਾ ਫੜਾ ਦੇ ਵੇਚਣੀ ਕੰਗਣੇ ਕਰਾ ਦੂਗਾ ਸ਼ਕੀਨ ਬੱਲੀਏ ਡਾਰਕ ਲਾਈਟ ਕੋਈ ਰੰਗੀਨ ਬੱਲੀਏ ਸੂਟ ਤੇਰੇ ਐਵਰਗ੍ਰੀਨ ਬੱਲੀਏ ਦੁਨੀਆਂ ਤੇ 3600 ਬ੍ਰੈਂਡ ਮਿੱਠੀ ਐ ਤੇਰੀ ਮੇਰੀ ਜੋੜੀ ਆ ਗ੍ਰੈਂਡ ਮਿੱਠੀ ਐ ਅੱਖ ਤੇਰੀ ਚੋਰ ਨੀਚ ਲੱਪ ਸੁਰਮਾ ਧੌਣ ਮੋਰ ਨੀਚ ਗਾਰਲੈਂਡ ਮਿੱਠੀ ਐ ਕਪਤਾਨ ਕਪਤਾਨ ਦੇ ਲੱਗੀਆਂ ਦਿਲ ਨੂੰ ਤੂੰ ਕੱਚੇ ਕੱਚ ਦੀ ਕੁਈਨ ਬੱਲੀ ਐ ਡਾਰਕ ਲਾਈਟ ਕੋਈ ਰੰਗੀਨ ਬੱਲੀ ਐ ਸੂਟ ਤੇਰੇ ਐਵਰਗ੍ਰੀਨ ਬੱਲੀ ਐ ਸੁਣੇ ਸੁਣੇ ਗੁੱਟ ਦਾ ਫੜਾ ਦੇ ਵੇਚਣੀ ਕੰਗਣੇ ਕਰਾ ਦੂਗਾ ਸ਼ਕੀਨ ਬੱਲੀਏ ਡਾਰਕ ਲਾਈਟ ਕੋਈ ਰੰਗੀਨ ਬੱਲੀਏ ਸੂਟ ਤੇਰੇ ਐਵਰਗ੍ਰੀਨ ਬੱਲੀਏ ਕੰਨਾਂ ਵਿੱਚ ਤੇਰੇ ਝੂਲਦੇ ਜੋ ਝੁੰਮਕੇ ਜੱਟ ਨੂੰ ਪਸੰਦ ਬੜੇ ਕੋਈ ਡੌਟ ਨੀ ਜੁੱਤੀ ਤੇ ਡਿਜ਼ਾਈਨਿੰਗ ਕਰਾਈ ਚੱਕਵੀਂ ਦੁਪੱਟੇ ਤੇ ਬਿਊਟੀਫੁੱਲ ਵਰਕਆਊਟ ਨੀ ਰਗਾੜ ਸਾਡੇ ਡੀਸੀਆਂ ਗਰਾਸ ਕਰ ਗਏ ਤੇਜ ਤੂੰ ਵੀ ਟੱਪ ਗਈਆਂ ਟੀਨ ਵੱਲੀਏ ਡਾਰਕ ਲਾਈਟ ਕੋਈ ਰੰਗੀਨ ਬੱਲੀਏ ਸੂਟ ਤੇਰੇ ਐਵਰਗ੍ਰੀਨ ਬੱਲੀਏ ਸੁਣੇ ਸੁਣੇ ਗੁੱਟ ਦਾ ਫੜਾ ਦੇ ਵੇਚਣੀ ਕੰਗਣੇ ਕਰਾ ਦੂਗਾ ਸ਼ਕੀਨ ਬੱਲੀਏ ਡਾਰਕ ਲਾਈਟ ਕੋਈ ਰੰਗੀਨ ਬੱਲੀਏ ਸੂਟ ਤੇਰੇ ਐਵਰਗ੍ਰੀਨ ਬੱਲੀਏ ਲਓ ਜੀ ਬਹੁਤ ਹੀ ਅੱਛੀ ਪਰਫੋਰਮੈਂਸ ਇਸ ਬੱਚੇ ਨੇ ਪਿਛਲੇ ਸਾਲ ਵੀ ਬਹੁਤ ਹੀ ਵਧੀਆ ਡਾਂਸ ਕੀਤਾ ਸੀ ਔਰ ਹੁਣ ਵੀ ਬਹੁਤ ਹੀ ਵਧੀਆ ਡਾਂਸ ਕੀਤਾ ਇੱਕ ਤਾਰੀਆਂ ਹੋ ਜਾਣੇ ਬੱਚੀ ਦੇ ਨਾਂ 'ਤੇ ਇਸ ਤੋਂ ਬਾਅਦ ਸਿਮਰਨ ਐਂਡ ਸਮਾਇਰਾ ਸਿਮਰਨ ਐਂਡ ਸਮਾਇਰਾ ਆ ਜਾਓ ਜੀ ਬੋਲਦੀ ਖਾਗਸ਼ਾਂ ਦੀ ਚਿੜੀ ਜੈਕ ਜੈਕ ਬੋਲਦੀ
ਬਾਗੀ ਸੱਦਰਾਂ ਨੇ ਹਾਏ ਜੀ ਬਾਗੀ ਸੱਦਰਾਂ ਨੇ ਬਾਗੀ ਸੱਦਰਾਂ ਨੇ ਸੰਗ ਦੀਆਂ ਜੇਲਾਂ ਤੁੜਵਾਈਆਂ ਦੀ ਕਮਾਰ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਨੇ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਆ ਮੁਹੱਬਤਾਂ ਨੇ ਹਾਏ ਜੀ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਇੱਕ ਪਾਸੇ ਨੂਰ ਦੀ ਬਰਾਤ ਉਤਰੀ ਦੂਜੇ ਪਾਸੇ ਸਾਡੀਆਂ ਨੂੰ ਤਾਂ ਖੁਆਬ ਡੱਸ ਗਏ ਜਦੋਂ ਸਾਡੇ ਨੈਣਾਂ ਨੂੰ ਜਨਾਬ ਡੱਸ ਗਏ ਹਾਂ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਤਾਰਿਆਂ ਨੇ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਦਿੱਤੀਆਂ ਵਧਾਈਆਂ ਜੀ ਕਮਾਲ ਹੋ ਗਿਆ ਹਾਏ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਨਜ਼ਾਰਾ ਸਾਂਭ ਲੈ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਰੂਹਾਂ ਵਿੱਚ ਆ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਕੀਤੀਆਂ ਸਫਾਈਆਂ ਦੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਦੀ ਕਮਾਲ ਹੋ ਗਿਆ
ਆ ਸਾਰੇ ਬੱਚੇ ਹੁਣ ਸਟੇਜ ਤੋਂ ਥੱਲੇ ਚਲ ਜਾਓ ਬੱਚੇ, ਬਾਅਦ 'ਚ ਤੁਹਾਨੂੰ ਇੱਕ ਵਾਰੀ ਹੋਰ ਮੌਕਾ ਦਿੱਤਾ ਜਾਊਗਾ, ਬੱਚਿਆਂ ਨੂੰ ਸਟੇਜ ਤੋਂ ਥੱਲੇ ਲੈ ਜਾਓ ਜੀ। ਇਸ ਤੋਂ ਬਾਅਦ ਰਿਤੂ, ਪੱਲਵੀ, ਪ੍ਰੀਤ, ਰਿਤੂ, ਪੱਲਵੀ ਐਂਡ ਪ੍ਰੀਤ ਆ ਜਾਓ ਜੀ। ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਹੁਣ ਵੱਡੇ ਬੱਚਿਆਂ ਦੀ ਵਾਰੀ ਆ, ਤਾਂ ਬੱਚਿਆਂ ਨੂੰ ਸਟੇਜ 'ਤੇ ਨਾ ਛੋਟਿਆਂ ਨੂੰ ਆਉਣ ਦਿਓ ਜੀ। ਵਧੀਆ ਪਰਫੋਰਮੈਂਸ। ਇਹ ਪ੍ਰੋਗਰਾਮ PBC ਲਾਈਵ 'ਤੇ ਲਾਈਵ ਚੱਲ ਰਿਹਾ ਹੈ, ਮੈਂ ਸਰਚ ਮਾਰ ਕੇ ਦੇਖ ਸਕਦੇ ਹੋ। ਇਸ ਤੋਂ ਬਾਅਦ ਮੁਸਕਾਨ ਐਂਡ ਗਰੁੱਪ, ਆਪਣਾ ਗੀਤ ਦਿਓ ਜੀ, ਮੁਸਕਾਨ ਐਂਡ ਲੀਜ਼ਾ।
ਕੋਈ ਗੱਲ ਨੀ, ਸਾਰੇ ਬੱਚਿਆਂ ਨੂੰ ਮੌਕਾ ਦਿੱਤਾ ਜਾਊਗਾ ਬਾਰ ਬਾਰ। ਤੇਰਾ ਤੇ ਮੇਰਾ ਬਿੱਲੋ ਚਾਰਚਾ ਵੀ ਸੇਮ ਸੇਮ, ਤੇਰਾ ਤੇ ਮੇਰਾ ਬਿੱਲੋ ਖਰਚਾ ਵੀ ਸੇਮ ਸੇਮ, ਤੇਰਾ ਤੇ ਮੇਰਾ ਬਿੱਲੋ ਚਰਚਾ ਵੀ ਸੇਮ ਸੇਮ, ਤੇਰਾ ਤੇ ਮੇਰਾ ਬਿੱਲੋ ਖਰਚਾ ਵੀ ਸੇਮ ਸੇਮ, ਐਟੀਟਿਊਡ ਈਗੋ ਵਾਲੀ ਫਾਈਟ ਵੀ ਸੇਮ ਸੇਮ, ਤੇਰੀ ਮੇਰੀ ਮਿਲਦੀ ਆ ਹਾਈਟ ਵੀ ਸੇਮ ਸੇਮ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ। ਤੇਰਾ ਤੇ ਮੇਰਾ ਬਿੱਲੋ ਸਵੈਗ ਵੀ ਆ ਸੇਮ ਸੇਮ, ਗੁੱਚੀ ਪਰਾਡਾ ਵਾਲਾ ਬੈਗ ਵੀ ਆ ਸੇਮ ਸੇਮ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ। ਡੀਜੇ ਤੇ ਭੰਗੜਾ ਤੇ ਡਾਂਸ ਵੀ ਆ ਸੇਮ ਸੇਮ, ਬਣਿਆ ਮੈਰਿਜ ਵਾਲਾ ਚਾਂਸ ਵੀ ਆ ਸੇਮ ਸੇਮ, ਆਓ ਡੀਜੇ ਤੇ ਭੰਗੜਾ ਤੇ ਡਾਂਸ ਵੀ ਆ ਸੇਮ ਸੇਮ, ਬਣਿਆ ਮੈਰਿਜ ਵਾਲਾ ਚਾਂਸ ਵੀ ਆ ਸੇਮ ਸੇਮ, ਸਿੰਘੇ ਨਾ ਮਿਲੇ ਤੇਰੀ ਕਾਰ ਵੀ ਆ ਸੇਮ ਸੇਮ, ਇੱਕ ਦੂਜੇ ਉੱਤੇ ਐਤਵਾਰ ਵੀ ਆ ਸੇਮ ਸੇਮ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ, ਤਾਹੀ ਤਾਂ ਸਾਡੇ ਚ ਪਿਆਰ ਪੂਰਾ ਪੂਰਾ ਸਾਡੀ ਸੇਮ ਸੇਮ ਏਜ ਸੋਣੀਏ। ਯਾ ਮਿਕਸਿੰਗ ਇਨ ਦ ਹਾਊਸ ਵਧੀਆ। ਇਹ ਤੋਂ ਬਾਅਦ ਛੋਟੀਆਂ ਬੱਚੀਆਂ ਆ ਜਾਓ ਲਿਓ ਜੀ, ਜੋਰੋ ਜੋਰ ਲੱਗੀਆਂ ਤੀਆਂ ਜੋ
ਤੋਂ ਬਾਅਦ ਮਾਨਵੀ। ਹੈਲੋ, ਸਾਰੀਆਂ ਬੀਬੀਆਂ ਭੈਣਾਂ ਨੂੰ ਇੱਕ ਬੇਨਤੀ ਆ, ਇਹ ਛੋਟੇ ਛੋਟੇ ਬੱਚਿਆਂ ਦਾ ਭੈਣਾਂ ਦਾ ਤਿਉਹਾਰ ਆ, ਕਿਸੇ ਨੇ ਮਨ ਦੇ ਵਿੱਚ ਇਹ ਨਹੀਂ ਸੋਚਣਾ ਕਿ ਉਹ ਕਿੱਦਾਂ ਨੱਚਦਾ ਉਹ ਕਿੱਦਾਂ ਨੱਚਦਾ, ਠੀਕ ਆ। ਇੱਕ ਇਹ ਆਪਾਂ ਸਾਰਿਆਂ ਨੇ ਸਾਰੇ ਖੁਸ਼ੀ ਵਾਸਤੇ ਇਹ ਫੰਕਸ਼ਨ ਰੱਖਿਆ, ਨਿੱਕਾ ਛੋਟਾ ਫੰਕਸ਼ਨ ਆ, ਕਿਉਂਕਿ ਅਸੀਂ ਪਿਛਲੇ ਸਾਲ ਇਹ ਗੱਲ ਕਹੀ ਸੀਗੀ ਕਿ ਅਸੀਂ ਅਗਲੇ ਸਾਲ ਥੋੜ੍ਹਾ ਹੋਰ ਵੱਧ ਕੇ ਫੰਕਸ਼ਨ ਕਰਾਂਗੇ, ਕਿਉਂਕਿ ਇਸ ਸਾਲ ਆਪਾਂ ਲਾਈਵ ਕੀਤਾ, ਵਧੀਆ ਸਾਰਾ ਸਿਸਟਮ ਵਧੀਆ ਕੀਤਾ ਹੋਇਆ ਆ, ਅਤੇ ਜਿੱਦਾਂ ਵੀ ਬੱਚੇ ਡਾਂਸ ਕਰਦੇ ਆ ਬਹੁਤ ਵਧੀਆ ਹੀ ਡਾਂਸ ਕਰ ਰਹੇ ਨੇ, ਕਿਸੇ ਨੇ ਵੀ ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਤੂੰ ਕਿੱਦਾਂ ਕੀਤਾ, ਸਿਰਫ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਸਾਰਿਆਂ ਨੂੰ, ਠੀਕ ਆ ਜੀ। ਨੈਕਸਟ ਪਰਫਾਰਮੈਂਸ ਮਾਨਵੀ। ਇੰਸਟਾ ਤੇ ਨਾਲ ਤੇਰਾ ਨੇਮ ਪਾਉਣਾ ਮੈਂ, ਕਾਗਜ਼ਾਂ 'ਚ ਤੇਰਾ ਸਰ ਨੇਮ ਲਾਉਣਾ ਮੈਂ, ਆਕੜ ਤੇਰੀ ਦਾਵੇ ਮੈਂ ਮਾਣ ਰੱਖ ਲਊ, ਮੈਂ ਵੀ ਕਦੇ ਗੁੱਸੇ ਗੱਸੇ ਹੋਈ ਚੱਲ ਲਈ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ। ਸੂਟਾਂ ਦੇ ਹਿਸਾਬ ਨਾਲ ਜੁੱਤੀ ਲੈ ਦਮੀ, ਠੰਡ ਦੇ ਹਿਸਾਬ ਨਾਲ ਸ਼ਨੀਲ ਦੇ ਸਵਾਈ, ਮੈਨੂੰ ਗਰਮੀ ਦੇ ਹਿਸਾਬ ਨਾਲ ਸੂਤੀ ਲੈ ਦਮੀ, ਬਾਇਓ ਵਿੱਚ ਜਿੰਦੇ ਨਾਲ ਟੇਕ ਨਾ ਲਿਖੂ, ਤੈਥੋਂ ਵੀ ਲਿਖਾਵਾਂ ਐਸਾ ਕੋਈ ਚੱਲ ਨਹੀਂ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ। ਮੰਗਦੀ ਨੀ ਵਾਲੀਆਂ ਮੈਂ ਸਿੰਪਲ ਜੀ ਵਾਲੀਆਂ ਮੈਂ, ਐਵੇਂ ਚਾਚਾ ਠੀਕ ਬਹੁਤਾ ਜਾਂਦੀ ਨੀ ਬੁਟੀਕ, ਵੇਖੀ ਬਜਟ ਚ ਰਹੂ ਤੇਰੇ ਦਿਲ ਵਿੱਚ ਵੀ, ਇੱਕ ਮੇਰੀ ਰੀਜ ਪੂਰੀ ਕਰਦੀ ਪਲੀਜ਼, ਜਦੋਂ ਕੰਗਣਾ ਕਢਾਉਣਾ ਵੇ ਤੂੰ ਮੈਨੂੰ ਹੀ ਜਤਾਉਣਾ, ਬਣੀ ਤੇਜ ਨਾ ਵੇ ਰੱਖੀ ਥੋੜੀ ਢਿੱਲ ਵਿੱਚ ਦੀ, ਹੱਲ ਜਿਵੇਂ ਹੁੰਦਾ ਨੀ ਕੋਈ ਲੰਘੇ ਟੈਮ ਦਾ, ਉਵੇਂ ਤੇਰੇ ਬਿਨਾਂ ਮੇਰਾ ਕੋਈ ਹੱਲ ਨਹੀਂ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ, ਨਿੱਕੇ ਨਿੱਕੇ ਚਾਹ ਤੇਰੀ ਜੱਟੀ ਦੇ, ਤੂੰ ਜੱਟਾ ਨਾ ਵੀ ਪਕਾਏ ਤਾਂ ਵੀ ਕੋਈ ਗੱਲ ਨਹੀਂ। ਸੂਫੀਆ ਭੈਣ ਜੀ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਬੱਚੀ ਨੂੰ ਫੜੋ ਜੀ। ਤੀਆਂ ਦਾ ਤਿਉਹਾਰ ਮਨਾਉਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ। ਛੋਟੇ ਛੋਟੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਨੇ। ਇਸ ਤੋਂ ਬਾਅਦ ਰਿਤੂ ਪੱਲਵੀ ਐਂਡ ਪ੍ਰੀਤ। ਰਿਤੂ ਪੱਲਵੀ ਐਂਡ ਪ੍ਰੀਤ, ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਬੱਚਿਆਂ ਨੂੰ ਫੜੋ, ਕਿਉਂਕਿ ਲਾਈਵ ਚੱਲ ਰਿਹਾ ਹੈ, ਬਹੁਤ ਜਣੇ ਆਪਾਂ ਨੂੰ ਦੇਖ ਰਹੇ ਹਨ।
ਪਲੇ ਕਰੋ ਜੀ। ਬਲੀਏ ਅੱਜ ਜਦੇ ਮੁੰਡੇ ਰਾਜ ਤੁਲਾਲੀ ਬਲੀਏ ਕੀ ਗੱਲ
ਪੇਸ਼ ਕੀਤਾ। ਮੈਂ ਬੱਚਿਆਂ ਨੂੰ ਬੇਨਤੀ ਕਰਦੀ ਹਾਂ ਕਿ ਕਿਸੇ ਵੀ ਬੱਚੇ ਨੇ ਪਰਫੋਰਮ ਕਰਨਾ ਉਹਦਾ ਨਾਂ ਨਹੀਂ ਲਿਖ ਹੋਇਆ ਹੋਵੇ, ਉਹ ਆ ਕੇ ਆਪਣਾ ਸੌਂਗ ਭਾਜੀ ਹੁਣਾਂ ਨੂੰ ਦਿਓ, ਉਹ ਪਲੇ ਕਰਾਂਗੇ ਅਤੇ ਉਹ ਆਪਣੀ ਪਰਫੋਰਮੈਂਸ ਪੇਸ਼ ਕਰ ਸਕਦੇ ਹਨ। ਇਸ ਤੋਂ ਬਾਅਦ ਸਿਮਰਨ, ਸਮਾਇਰਾ ਐਂਡ ਨੀਤੂ। ਲੋ ਸੁਣ ਲੋ ਕੁੜੀਓ, ਮਾਨ ਸੁਣ ਆ ਗਿਆ, ਸੋਹਣਿਆ ਗਿਆ ਨੀ ਕੁੜੀਓ, ਸੋਹਣਿਆ ਗਿਆ, ਸੋਹਣਿਆ ਗਿਆ ਨੀ ਮੀਨਾ, ਸੋਹਣਿਆ ਗਿਆ, ਬੁੰਦਾ ਬਾਂਦੀ ਬੁੰਦਾ ਬਾਂਦੀ, ਸੋਹਣਿਆ ਗਿਆ ਨੀ ਅਮਲੀ, ਨੀ ਅਮਲੀ, ਨੀ ਅਮਲੀ, ਸਾਰਾ ਸਾਲ ਨੰਗਾ ਇੰਨਾ ਵਾਣਿਆ ਗਿਆ, ਨੀ ਅਮਲੀ, ਸਾਰਾ ਸਾਲ ਨੰਗਾ ਇੰਨਾ ਵਾਣਿਆ ਗਿਆ, ਨੀ ਅਮਲੀ, ਸਾਰਾ ਸਾਲ ਨੰਗਾ ਇੰਨਾ ਵਾਣਿਆ ਗਿਆ। ਲੈ ਭੈਣੇ ਚੁੱਡੂ ਦੀ ਗੱਲ ਸੁਣ ਲੈ, ਪੀਜ਼ੇ ਤੇ
ਬਹੁਤ ਹੀ ਵਧੀਆ ਪਰਫੋਰਮੈਂਸ ਛੋਟੇ ਛੋਟੇ ਬੱਚਿਆਂ ਦੀ। ਇਸ ਤੋਂ ਬਾਅਦ ਸੂਫੀਆ, ਸੂਫੀਆ ਆ ਜਾਓ ਜੀ। ਸੂਫੀਆ ਤੋਂ ਬਾਅਦ ਮੁਸਕਾਨ ਆਪਣਾ ਸੌਂਗ ਦੇਵੇ ਭਾਅ ਜੀ ਹੁਣਾਂ ਨੂੰ। ਆ ਜਾਓ, ਸੂਫੀਆ ਦਾ ਸੌਂਗ ਪਲੇ ਕਰੋ ਜੀ। ਮੈਂ ਪਹਿਲਾਂ ਕਿਹਾ ਸੀਗਾ ਕਿ ਜਿਨ੍ਹਾਂ ਨੇ ਵੀ ਸੌਂਗ ਕਰਨਾ ਪਲੀਜ਼ ਆਪਣਾ ਸੌਂਗ ਡਾਊਨਲੋਡ ਕਰਕੇ ਲੈ ਕੇ ਆਉਣ, ਕਿਉਂਕਿ ਇੱਥੇ ਨੈਟਵਰਕ ਦੀ ਪ੍ਰੋਬਲਮ ਹੈ। ਪਲੀਜ਼ ਰਿਕੁਐਸਟ ਹੀ ਆ, ਕਿਉਂਕਿ ਲਾਈਵ ਚੱਲ ਰਿਹਾ, ਇੱਦਾਂ ਚੰਗਾ ਲੱਗਦਾ ਵਿੱਚ ਹੀ ਸੌਂਗ ਰੁਕ ਜਾਣਾ। ਠੀਕ ਹੈ, ਮੈਂ ਸਾਰੀਆਂ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਫੰਕਸ਼ਨ ਅਰੇਂਜ ਕੀਤਾ ਆ। ਸਾਰਿਆਂ ਦੇ ਅਸੀਂ ਅਤਿ ਧੰਨਵਾਦੀ ਹਾਂ, ਭੈਣਾਂ ਦੇ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਘਰ ਘਰ ਘੁੰਮ ਕੇ ਜਾ ਕੇ ਪੈਸੇ ਇਕੱਠੇ ਕੀਤੇ ਅਤੇ ਇਹ ਫੰਕਸ਼ਨ ਅਰੇਂਜ ਕੀਤਾ। ਅਸੀਂ NRI ਭੈਣਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਬਹੁਤਾ ਨਹੀਂ ਤਾਂ ਥੋੜ੍ਹਾ ਤਾਂ ਭੇਜੇ ਨਾ ਪੈਸੇ, ਇੰਨੇ ਬਹੁਤ ਆ ਸਾਨੂੰ। ਨੈਕਸਟ ਪਰਫੋਰਮੈਂਸ ਵਨੀਤਾ ਐਂਡ ਗਰੁੱਪ, ਪਲੀਜ਼ ਕਮ ਔਨ ਦਾ ਸਟੇਜ। ਵਨੀਤਾ ਜੱਸੀ, ਨਰਜੋ ਵੱਡੀ ਧਰਤੀ ਤੇ ਵੱਜੂ ਪਿੰਡ ਵੇਖ ਕੇ ਨਰ
ਵਧੀਆ। ਇਸ ਤੋਂ ਬਾਅਦ ਲੀਜਾ ਐਂਡ ਮੁਸਕਾਨ, ਲੀਜਾ ਐਂਡ ਮੁਸਕਾਨ ਸਟੇਜ ਤੇ ਜਾਓ ਬੱਚੇ। ਸਪੈਸ਼ਲੀ ਥੈਂਕਸ ਫੋਰ ਪ੍ਰਭਜੋਤ ਕੌਰ ਫਰੋਮ ਕਨੇਡਾ ਐਂਡ ਪ੍ਰਿਯੰਕਾ ਅਤੇ ਪ੍ਰਿਆ। ਸਪੈਸ਼ਲੀ ਮੈਸੇਜ ਉਹਨਾਂ ਨੂੰ ਸੀ ਕਿ ਭਾਅ ਜੀ ਸਾਨੂੰ ਲਿੰਕ ਭੇਜਿਓ, ਅਸੀਂ ਬਹੁਤ ਮਿਸ ਕਰ ਰਹੇ ਹਾਂ ਆਪਣੇ ਪਿੰਡ ਦੇ ਇਸਤੀਆਂ ਤਿਉਹਾਰ ਨੂੰ। ਸੋ ਮੇਰੀਆਂ ਭੈਣਾਂ ਇਸ ਟਾਈਮ ਸ਼ਾਇਦ ਦੇਖਦੀਆਂ ਹੋਣਗੀਆਂ ਲਾਈਵ, ਉੱਧਰ ਇਸ ਟਾਈਮ ਨਾਈਟ ਹੋਣੀ ਆ ਸ਼ਾਇਦ, ਅਤੇ ਅਸੀਂ ਵੀ ਤੁਹਾਨੂੰ ਸਾਰਾ ਪਿੰਡ ਮਿਸ ਕਰ ਰਹੇ ਹਾਂ ਪੂਰਾ। ਪ੍ਰਭਜੋਤ, ਪ੍ਰਿਯੰਕਾ ਅਤੇ ਪ੍ਰਿਆ, ਪ੍ਰਿਆ ਕੈਂਤ। ਪਤਲੋ ਪਟਾਕੇ ਵਰਗੀ, ਗਨ ਦੇ ਖੜਾਕੇ ਵਰਗੀ, ਪੋ ਦੇ ਕੜਾਕੇ ਵਰਗੀ, ਅਲੱਗ ਮੁੰਡਿਆਂ ਨੂੰ ਕਰਦੀ। ਦੂਰ ਦੂਰ ਗੱਲਾਂ ਹੁੰਦੀਆਂ, ਛੇਤੀ ਨਾ ਵਟਾਵੇ ਮੁੰਦੀਆਂ, ਕਦੇ ਕਦੇ ਗੁੱਤਾਂ ਗੁੰਦਦੀ, ਕਦੇ ਬਾਬ ਕੱਟ ਕਰਦੀ। ਸੂਟ ਪਾਉਂਦੀ ਟੈਟ ਪਿੱਟ ਜੇ, ਕੰਮ ਕਰੇ ਸਾਰੇ ਲਿਟ ਵੇ, ਗਾਣਿਆਂ ਚ ਸੋਲੋ ਹਿੱਟ ਵੇ। ਲੱਗ ਮੁੰਡਿਆਂ ਨੂੰ ਕਰਦੀ ਚੱਲਦੀ। ਸੂਟ ਪਾਉਂਦੀ ਟੈਟ ਪਿੱਟ ਜੇ, ਕੰਮ ਕਰੇ ਸਾਰੇ ਲਿਟ ਵੇ, ਗਾਣਿਆਂ ਚ ਸੋਲੋ ਹਿੱਟ ਵੇ। ਬੀਬੀ ਜਾਤਾਂ ਦਾ ਅੱਪ ਕਰਦੀ, ਪਤਲੋ ਪਟਾਕੇ ਵਰਗੀ, ਕੰਨ ਦੇ ਖੜਾਕੇ ਵਰਗੀ, ਪੋ ਦੇ ਕੜਾਕੇ ਵਰਗੀ, ਅਲੱਗ ਮੁੰਡਿਆਂ ਨੂੰ ਕਰਦੀ। ਵਧੀਆ ਪਰਫੋਰਮੈਂਸ ਬੱਚਿਆਂ ਦੀ, ਤਾਰੀਆਂ ਜ਼ਰੂਰ ਮਾਰ ਦਿਆ ਕਰੋ, ਬੱਚਿਆਂ ਦੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਇਸ ਤੋਂ ਬਾਅਦ ਸੁਖਮਨ, ਸੁਖਮਨ ਦਾ ਗਾਣਾ ਪਲੇ ਕਰ ਦਿਓ ਜੀ। ਜਦੋਂ ਆ ਕੇ ਸਰਤਾਜ ਨੇ ਸੀ ਅੱਖੀਆਂ ਮਿਲਾਈਆਂ, ਚਾਬੀ ਲੱਭ ਗਈ, ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ। ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ, ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ।
ਜੈਕ ਜੈਕ ਬੋਲਦੀ ਬਾਗੀ ਸੱਦਰਾਂ ਨੇ ਹਾਏ ਜੀ ਬਾਗੀ ਸੱਦਰਾਂ ਨੇ ਬਾਗੀ ਸੱਦਰਾਂ ਨੇ ਸੰਗ ਦੀਆਂ ਜੇਲਾਂ ਤੁੜਵਾਈਆਂ ਜੀ ਕਮਾਰ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਨੇ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਆ ਮੁਹੱਬਤਾਂ ਨੇ ਹਾਏ ਜੀ ਆ ਮੁਹੱਬਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਇੱਕ ਪਾਸੇ ਨੂਰ ਦੀ ਬਰਾਤ ਉਤਰੀ ਦੂਜੇ ਪਾਸੇ ਚਾਨਣੀ ਕਨਾਤ ਉਤਰੀ ਇੱਕ ਪਾਸੇ ਨੂਰ ਦੀ ਬਰਾਤ ਉਤਰੀ ਦੂਜੇ ਪਾਸੇ ਚਾਨਣੀ ਕਨਾਤ ਉਤਰੀ ਅਨੀਂਦਾ ਸਾਡੀਆਂ ਨੂੰ ਤਾਂ ਖੁਆਬ ਡੱਸ ਗਏ ਜਦੋਂ ਸਾਡੇ ਨੈਣਾਂ ਨੂੰ ਜਨਾਬ ਡੱਸ ਗਏ ਹਾਂ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਤਾਰਿਆਂ ਨੇ ਸਾਨੂੰ ਤਾਰਿਆਂ ਨੇ ਆ ਕੇ ਜਦੋਂ ਦਿੱਤੀਆਂ ਵਧਾਈਆਂ ਜੀ ਕਮਾਲ ਹੋ ਗਿਆ ਹਾਏ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਨਜ਼ਾਰਾ ਸਾਂਭ ਲੈ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਰੂਹਾਂ ਵਿੱਚ ਆ ਜਦੋਂ ਰੂਹਾਂ ਵਿੱਚ ਚੰਗੀ ਤਰ੍ਹਾਂ ਕੀਤੀਆਂ ਸਫਾਈਆਂ ਜੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਜਹਾਨ ਲੱਗਦਾ ਸੱਜਣਾ ਦਾ ਸਾਰਾ ਅਹਿਸਾਨ ਲੱਗਦਾ ਜਦੋਂ ਆ ਕੇ ਸਰਤਾਜ ਨੇ ਜੀ ਆ ਕੇ ਸਰਤਾਜ ਨੇ ਸੀ ਅੱਖੀਆਂ ਮਿਲਾਈਆਂ ਜੀ ਕਮਾਲ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਹਾਏ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਆ ਮੁਹੱਬਤਾਂ ਨੇ ਰਾਹਾਂ ਤੇ ਮੁਹੱਬਤਾਂ ਨੇ ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ ਜੀ ਕਮਾਲ ਹੋ ਗਿਆ ਸੁਨਿਆ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ ਵਧੀਆ।
ਵਧੀਆ ਪਰਫਾਰਮੈਂਸ। ਮੈਂ ਬੀਬੀਆਂ ਨੂੰ ਬਾਰ ਬਾਰ ਬੇਨਤੀ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਸਟੇਜ 'ਤੇ ਨਾ ਆਉਣ ਦਿਓ, ਕਿਉਂਕਿ ਜਿਹੜੇ ਬੱਚੇ ਪਰਫੋਰਮ ਕਰ ਰਹੇ ਆ ਉਹ ਸਹੀ ਪਰਫੋਰਮ ਨਹੀਂ ਕਰ ਸਕੇ। ਪਲੀਜ਼ ਬੱਚਿਆਂ ਨੂੰ ਥੱਲੇ ਲੈ ਜਾਓ। ਹੁਣ ਸੂਫੀਆ ਆ ਜਾਓ ਜੀ, ਮੇਰੇ ਸੁਰ ਮੈਨੇ ਜਾਦੂ ਜਿਹਾ ਪਾ ਲਿਆ, ਮੁੰਡਾ ਅੱਤ ਦਾ ਸ਼ੌਕੀਨ ਪਿੱਛੇ ਲਾ ਲਿਆ, ਹਲਾਉਂਦਾ ਅੰਬਰੀ ਉਡਾਰੀਆਂ ਸਿਲਾ ਲਿਆ, ਨੀਤੂ ਦਿਲ ਦੇ ਫਰੇਮ ਚ ਜੜਾ ਲਿਆ, ਇੱਕ ਵੇਖੋ ਆਇਸ਼ ਪਿਆਰ ਸੋਹਣਿਆ, ਮੈਂ ਤੇਰੇ ਨਾਲ ਰੱਖਣਾ ਮੈਂ ਪਾ ਕੇ, ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇਬਾਂ ਛਣਕਾ ਕੇ, ਕੱਚ ਦੀ ਗਲਾਸੀ ਵਾਂਗੂ ਸੋਹਣਿਆ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੱਗਦੀ ਪੰਜਾਬਾਂ ਛਣੀ, ਦਾ ਬਾਸ ਉਹ ਮਿਲੇ ਅੱਖਾਂ ਚੋਂ ਸ਼ਰਾਬ ਜੋ ਨਾ ਕਰਦੀ ਖਰਾਬ, ਤੈਨੂੰ ਬਾਹਰਲੀ ਦੀ ਲੋੜ ਕਦੋਂ ਰਹਿੰਦੀ ਹੈ, ਲੱਗੇ ਪੂਰਾ ਬੰਬ ਮੁੰਡਾ ਮੈਨੂੰ ਵੀ ਪਸੰਦ, ਕੱਲੀ ਕੱਲੀ ਵੇ ਫਰੈਂਡ ਮੇਰੀ ਕਹਿੰਦੀ ਹੈ, ਹਾਏ ਇਸੇ ਗੱਲੋਂ ਡਰਦੀਆਂ ਬਾਲਾ ਤੇਰਾ ਕਰਦੀਆਂ, ਕੌਣ ਸਮਝਾਵੇ ਸ਼ਿਵ ਜੋਤ ਨੂੰ, ਪਹਿਲਾ ਨੰਬਰ ਆ ਤੇਰਾ ਦੂਜਾ ਵਹਿਲ ਪੁਣਾ, ਮੇਰਾ ਆਲਾ ਰੱਖ ਲੈ ਗਿਫਟ ਮੇਰੇ ਗੋਤ ਨੂੰ, ਨਾਗਣੀ ਦੇ ਵਾਂਗੂ ਤੈਨੂੰ ਸੋਹਣੀਏ ਰੱਖੂ ਚਾਂਦੀ ਦੀ ਪਟਾਰੀ ਵਿੱਚ ਪਾ ਕੇ, ਕੱਚ ਦੀ ਗਲਾਸੀ ਇਟਸ 4 ਪੀਐਮ ਰੱਖਦਾ ਮੇਰੀ ਖੜਕਾ ਕੇ, ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇਬਾਂ ਛਣਕਾ ਕੇ, ਤੂੰ ਵਹਿਲੀਆਂ ਦੇ ਥੰਮ ਬਿਲੋ ਰੱਖ ਗਈ ਹਲਾ ਕੇ, ਸਾਨੂੰ ਕਬਜੇ ਦਿਲਾਂ ਦੇ ਮਹਿੰਗੇ ਪੈ ਗਏ, ਸਾਡੇ ਡੱਬਾ ਨਾਲ ਲੱਗੇ ਬਿਲੋ ਰਹਿ ਗਏ, ਬੋਚ ਬੋਚ ਰੱਖਦੀ ਸੀ ਹੌਲੀ ਪੱਬ ਚੱਕਦੀ ਸੀ ਤਾਂ ਵੀ ਮੈਥੋਂ ਛਣ ਛਣ ਹੋ ਗਈ, ਪੱਲੇ ਛੱਡਦੀ ਨਾ ਕੱਖ ਤੇਰੀ, ਮੋਟੀ ਮੋਟੀ ਅੱਖ ਤੇਰੀ ਪੈਂਦੀ ਸੱਟੇ ਮਿੱਤਰਾਂ ਨੂੰ ਮੋ ਗਈ, ਅੱਖੀਆਂ ਰੜਕਦੀਆਂ ਸੋਹਣਿਆ ਵੇ ਤੂੰ ਰੱਖਦਾ ਨਿੰਦਰਾਂ ਉਡਾ ਕੇ, ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇਬਾਂ ਛਣਕਾ, ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਮੇਰੀ ਖੜਕਾ ਕੇ, ਆ ਰਾਜਾ ਸੀ ਦਿਲ ਮੇਰਾ ਗਿਆ ਪੱਟਿਆ, ਤੇਰੀਆਂ ਅਦਾਵਾਂ ਹੱਥੋਂ ਗਿਆ ਲੁੱਟਿਆ, ਦੱਸੇ ਬਿਨਾ ਮੈਨੂੰ ਹੀ ਫਰਾਰ ਹੋ ਗਿਆ, ਸ਼ਿਵ ਜੋਤ ਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ, ਲਓ ਜੀ ਬਹੁਤ ਹੀ ਵਧੀਆ ਪਰਫੋਰਮੈਂਸ ਸੂਫੀਆ ਭੈਣ ਜੀ ਦੀ। ਇਸ ਤੋਂ ਬਾਅਦ ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੀ ਵਾਰੀ ਆ, ਹੁਣ ਸੱਸਾਂ ਦਾ ਡਾਂਸ ਹੋਣਾ, ਹੁਣ ਸੱਸਾਂ ਅੱਗੇ ਆ ਜਾਣ ਜੀ। ਹੈਲੋ, ਮੈਂ ਬੀਬੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਨੈਕਸਟ ਪਰਫੋਰਮੈਂਸ ਤੁਹਾਡੀ ਸਾਰਿਆਂ ਦੀ ਆ,
ਜਿਨ੍ਹਾਂ ਨੇ ਬੋਲੀਆਂ ਪਾਉਣੀਆਂ ਸਟੇਜ 'ਤੇ ਆ ਕੇ, ਦੋ ਜਣੀਆਂ ਬੋਲੀਆਂ ਪਾਉਣਗੀਆਂ, ਬਾਕੀ ਗਿੱਧਾ ਪਾਉਣਗੇ ਸਾਰੀਆਂ, ਕੋਈ ਸੌਂਗ ਨਹੀਂ ਲੱਗੂਗਾ, ਕੋਈ ਕੁਛ ਨਹੀਂ ਲੱਗੂਗਾ, ਓਨਲੀ ਬੋਲੀਆਂ, ਠੀਕ ਆ। ਅਤੇ ਅਸੀਂ ਉਹਨਾਂ ਸਾਰੀਆਂ ਬੀਬੀਆਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਹੜੀਆਂ ਦੂਸਰੇ ਪਿੰਡਾਂ ਤੋਂ ਚੱਲ ਕੇ ਸਾਡੇ ਪਿੰਡ ਇਹ ਤੀਆਂ ਪ੍ਰੋਗਰਾਮ ਦੇਖਣ ਆਏ ਹੋਏ ਨੇ। ਸਾਡੀ ਭੂਆ ਜੀ, ਰਾਣੀ ਭੂਆ ਜੀ, ਸਾਡੇ ਸੀਮਾ ਭੈਣ ਜੀ ਰਾਪੁਰ ਤੋਂ, ਰਾਪੁਰ ਬੱਲਾ ਤੋਂ, ਦੇਖੋ ਇਹਨਾਂ ਨੂੰ ਸਾਡੇ ਨਾਲ ਕਿੰਨਾ ਸਾਰਿਆਂ ਨਾਲ ਪਿਆਰ ਆ ਕਿ ਸਪੈਸ਼ਲੀ ਪਰਸੋਂ ਦੇ ਇੱਥੇ ਆਏ ਹੋਏ ਨੇ ਕਿ ਅਸੀਂ ਤੀਆਂ ਦਾ ਫੰਕਸ਼ਨ ਦੇਖ ਕੇ ਜਾਣਾ ਕੋਟਲੀ ਦਾ। ਮੈਂ ਨੂਰਪੁਰ ਦੀਆਂ ਬੀਬੀਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਜੇ ਹੋਰ ਬੱਚਿਆਂ ਨੂੰ ਸਟੇਜ 'ਤੇ ਲੈ ਕੇ ਆਓ, ਔਰ ਮੈਂ ਸੱਸਾਂ ਨੂੰ ਸਪੈਸ਼ਲ ਬੇਨਤੀ ਕਰਦੀ ਹਾਂ ਕਿ ਅਗਲੀ ਪਰਫੋਰਮੈਂਸ ਦੇ ਵਿੱਚ ਸਾਰਿਆਂ ਨੇ ਇੱਥੇ ਆ ਕੇ ਜਿੱਦਾਂ ਦਾ ਵੀ ਨੱਚ ਹੋਵੇ ਨੱਚਣਾ, ਹੱਥ ਨਹੀਂ ਮਾਰਨੇ, ਇੱਦਾਂ ਆਉਣਾ ਆ ਸਟੇਜ ਦੇ ਉੱਤੇ। ਹੁਣ ਛੋਟੀ ਬੱਚੀ ਇੱਕ ਪੋਇਮ ਬੋਲੂਗੀ, ਆ ਜਾਓ ਜੀ। My name is Myra Kaur. I reading second class. My school name is Dasande Boarding Public School, Chanchasi. Nanna munna rahi hu, desh ka pisahi hu. Bolo mere sang, jai hind, thank you. ਬਹੁਤ ਹੀ ਵਧੀਆ। ਇੰਨਾ ਕੁ ਬੋਲਣਾ ਵੀ ਬਹੁਤ ਔਖਾ ਹੈ ਮਾਈਕ 'ਤੇ, ਪਰ ਛੋਟੀ ਜਿਹੀ ਬੱਚੀ ਨੇ ਜੋ ਵੀ ਬੋਲਿਆ ਬਹੁਤ ਹੀ ਵਧੀਆ ਬੋਲਿਆ, ਕਿਉਂਕਿ ਅੱਜ 15 ਅਗਸਤ ਦਾ ਦਿਹਾੜਾ ਹੈ, ਆਜ਼ਾਦੀ ਦਿਵਸ ਹੈ। ਸੋ ਅਗਲੀ ਪਰਫੋਰਮੈਂਸ ਮੰਨਤ ਐਂਡ ਗੌਰੀ ਗੀਤਾ ਲਾ ਦਿਓ ਜੀ।
ਵਧੀਆ ਪਰਫੋਰਮੈਂਸ ਬੱਚਿਆਂ ਦੀ। ਹੁਣ ਸਾਡੀ ਪੂਜਾ ਦੇ ਬਾਰੇ, ਜਿਨ੍ਹਾਂ ਨੇ ਕਿ ਛੋਟੇ ਛੋਟੇ ਬੱਚਿਆਂ ਨੂੰ ਤਿਆਰ ਕਰਵਾਇਆ, ਜੋ ਵੀ ਗਿੱਧਾ ਭੰਗੜਾ ਕੁਛ ਵੀ ਆ, ਹੁਣ ਉਹਨਾਂ ਦੀ ਵਾਰੀ ਆ। ਆ ਜਾਓ ਜੀ, ਮਾਨਸੀ ਐਂਡ ਪੂਜਾ। ਚੱਲ ਰਿਹਾ ਹੈ ਜੀ,
ਹੁਣ ਸਾਡੀ ਗੈਸਟ ਆਈ ਹੋਈ ਬੱਚੀ ਇੱਕ ਪਰਫੋਰਮ ਕਰੇਗੀ, ਆ ਜਾਓ ਬੱਚੇ। ਚੱਲਾਂ ਵੀ ਝਾਂਜਰ ਗਵਾਚ ਗਈ ਮੇਰੀ, ਗਵਾਚ ਗਈ
ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਵੇ ਝਾਂਜਰੀ ਗਵਾਚਗੀ ਮੇਰੀ ਗਵਾਚਗੀ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਤੇਰੇ ਵਾਂਗੂ ਨਖਰੇ ਕਰਨੇ ਦੱਸਦੇ ਕਿੱਥੋਂ ਸਿੱਖਾਂ ਵੇ ਗੋਰਾ ਜਿਹਾ ਰੰਗ ਮੇਰਾ ਪੈ ਗਿਆ ਏ ਫਿੱਕਾ ਵੇ ਤੇਰੇ ਵਾਂਗੂ ਨਖਰੇ ਮੈਂ ਦੱਸ ਕਿੱਥੋਂ ਸਿੱਖਾਂ ਵੇ ਵੇ ਹਰ ਵੇਲੇ ਸੋਚਦੀ ਰਹਿੰਦੀ ਤੇਰੀ ਆਕੜ ਜੀ ਜਾ ਕੇ ਕਿਵੇਂ ਪੰਨਾ ਵੇ ਝਾਂਜਰੀ ਗਵਾਚਗੀ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਵੇ ਝਾਂਜਰੀ ਗਵਾਚਗੀ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਫਰਮਾਨ ਨਾਮ ਤੇਰਾ ਲੈਂਦੀ ਦੇ ਹੁਣ ਥੱਕ ਗਏ ਮੇਰੇ ਇਹ ਭੁੱਲ ਚੰਨਾ ਤੇਰੇ ਪਿੱਛੇ ਲੱਗਦੇ ਜੋ ਗੇੜੇ ਉਹਨਾਂ ਦਾ ਪਾ ਦੇ ਮੁੱਲ ਚੰਨਾ ਫਰਮਾਨ ਫਰਮਾਨ ਕਹਿੰਦੀ ਦੇ ਆ ਥੱਕੇ ਬੁੱਲ ਵੇੜੇ ਤੇਰੇ ਪਿੱਛੇ ਲਾਉਂਦੀ ਮੈਂ ਪਾ ਦੇ ਮੁੱਲ ਵੇ ਤੂੰ ਮੇਰੀਆਂ ਵੀ ਮਨ ਸੋਹਣਿਆ ਮੈਂ ਦੱਸ ਕਿੰਨੀਆਂ ਕੁ ਤੇਰੀਆਂ ਮੈਂ ਮੰਨਾ ਤੂੰ ਮੇਰੇ ਆ ਦਿਲ ਤੇ ਲੱਗਿਆ ਤਾਂ ਹੀ ਮਗਰੇ ਆਉਂਦੀ ਵੇ ਨੀਤ ਵੇ ਤੈਨੂੰ ਸਮਝ ਨੀ ਆਉਂਦੀ ਜੱਟੀ ਕਿੰਨਾ ਚਾਹੁੰਦੀ ਵੇ ਵੇ ਝਾਂਜਰ ਗਵਾਚਗੀ ਮੇਰੀ ਪਿੱਛੇ ਘੁੰਮਦੀ ਦੀ ਚੰਨਾ ਵੇ ਝਾਂਜਰੀ ਗਵਾਚਗੀ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੰਨਾ ਬਹੁਤ ਹੀ ਵਧੀਆ ਕੀਤਾ ਬੱਚੀ ਨੇ ਹੁਣ ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਕਿ ਕੋਈ ਸੌਂਗ ਨਹੀਂ ਚੱਲਣਾ ਬੀਬੀਆਂ ਸਟੇਜ ਦੇ ਕੋਲ ਆਉਣ ਮਨਜੀਤ ਦੀਦੀ ਆਓ ਬੋਲੀਆਂ ਪਾਉਣੀਆਂ ਬੀਬੀਆਂ ਨੇ ਔਰ ਨੱਚਣਾ ਆ ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਬਹੁਤ ਦੁਨੀਆ ਆਪਾਂ ਨੂੰ ਦੇਖ ਰਹੀ ਹੈ ਪਰ ਜੇ ਬੀਬੀਆਂ ਦਾ ਗਿੱਧਾ ਨਾ ਹੋਇਆ ਤਾਂ ਗੱਲ ਨਹੀਂ ਬਣਦੀ ਹੈਗੀ ਇਸ ਕਰਕੇ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਸ ਕਰਕੇ ਸੱਸਾਂ ਨੂੰ ਜ਼ਰੂਰ ਆਉਣ ਅਗਾਂਹ ਆ ਜਾਓ ਜੀ ਆ ਜਾਓ ਸੰਗਤ ਦੀ ਕੋਈ ਲੋੜ ਨਹੀਂ ਹੈ ਬੀਬੀਆਂ ਦਾ ਪ੍ਰੋਗਰਾਮ ਹੈ ਆਪਣੇ ਹੀ ਲੋਕ ਦੇਖ ਰਹੇ ਹਨ ਪਲੀਜ਼ ਸਟੇਜ 'ਤੇ ਆਓ ਆ ਜਾਓ ਜੀ ਆ ਜਾਓ ਹੁਣ ਭਾਅ ਜੀ ਹੁਣੀ ਕਹਿੰਦੇ ਕੋਈ ਸੌਂਗ ਨਹੀਂ ਚਲਾਉਣਾ ਅਸੀਂ ਬੀਬੀਆਂ ਦਾ ਗਿੱਧਾ ਦੇਖਣਾ ਆ ਆ ਜਾਓ ਉੱਠ ਕੇ ਬੀਬੀਆਂ ਲੈ ਕੇ ਆਓ ਜੀ ਬੀਬੀਆਂ ਨੂੰ ਮੈਂ ਦਾਦੀ ਚੜਨ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਪਿੰਡ ਦੇ ਹੈੱਡ ਆ ਆ ਜਾਓ ਉੱਠ ਕੇ ਮਾੜਾ ਜਿਹਾ ਨਹੀਂ ਉਹ ਇੱਥੇ ਕੋਲ ਹੀ ਖੜ ਜਾਓ ਅੱਗੇ ਇੰਨੇ ਬਹੁਤ ਆ ਅਸੀਂ ਸਾਰੀਆਂ ਬੀਬੀਆਂ ਅੱਗੇ ਬੇਨਤੀ ਕਰਦੇ ਹਾਂ ਕਿ ਰਿਕੁਐਸਟ ਹੀ ਆ ਜਾਓ 2 ਮਿੰਟ ਵਾਸਤੇ ਬੋਲੀਆਂ ਪਾ ਜਾਓ ਕਿਉਂਕਿ ਮਿਹਨਤੀਆਂ ਤੋਂ ਹਰ ਦਾ ਬੋਲੀਆਂ ਤੋਂ ਹੁੰਦਾ ਹੈ ਜੀ ਕਿਉਂਕਿ ਇਹ ਲਾਸਟ ਪੜਾਅ 'ਤੇ ਪਹੁੰਚੇ ਹੋਏ ਹਾਂ ਆਪਾਂ ਲਾਸਟ ਪਰਫੋਰਮੈਂਸ ਚੱਲਦੀ ਪਈ ਹੈ ਇਸ ਟਾਈਮ ਉਸ ਤੋਂ ਬਾਅਦ 10 ਮਿੰਟ ਡੀਜੇ ਚੱਲੇਗਾ ਉਸ ਤੋਂ ਬਾਅਦ ਲੰਗਰ ਸ਼ੁਰੂ ਹੋ ਜਾਏਗਾ ਬਾਅਦ 'ਚੋਂ ਪਿੰਡਾਂ ਦੇ ਵਿੱਚ ਇੰਨੀਆਂ ਵਧੀਆ ਢੰਗ ਨਾਲ ਤੀਆਂ ਦਾ ਪ੍ਰੋਗਰਾਮ ਮਨਾਇਆ ਕਿ ਬੀਬੀਆਂ ਨੇ ਵੱਧ ਚੜ੍ਹ ਕੇ ਨੱਚ ਗਾ ਕੇ ਆਪਣਾ ਮਨੋਰੰਜਨ ਕੀਤਾ ਇਸ ਕਰਕੇ ਮੈਂ ਆਪਣੇ ਪਿੰਡ ਦੀਆਂ ਬੀਬੀਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਸੰਗਤ ਦੀ ਲੋੜ ਨਹੀਂ ਹੈਗੀ ਪਲੀਜ਼ ਸਟੇਜ 'ਤੇ ਆਓ
ਜਿੱਦਾਂ ਦਾ ਵੀ ਆਪਾਂ ਨੱਚ ਹੋਇਆ ਨੱਚਣਾ ਆ। ਆ ਜਾਓ ਜੀ, ਮਨਜੀਤ ਦੀਦੀ, ਕਮਲਜੀਤ ਦੀਦੀ ਆਓ ਉੱਠ ਕੇ, ਆ ਜਾਓ। ਸਾਰੀਆਂ ਬੀਬੀਆਂ ਨੇ ਮੇਰੀ ਬੇਨਤੀ ਹੈ, ਆ ਜਾਓ ਜੀ। ਆਓ ਜੀ, ਆਓ ਸਾਰੇ ਜਣੇ ਉੱਠ ਕੇ ਆਓ ਇੱਥੇ। ਸਾਡੇ ਬਾਹਰ ਬੈਠੇ ਸੱਜਣ ਸਾਨੂੰ ਦੇਖ ਰਹੇ ਨੇ ਲਾਈਵ। ਨਿਸ਼ਾ, ਨਿਸ਼ਾ ਨੂੰ ਵੀ ਬੇਨਤੀ ਹੈ ਕਿ ਆ ਜਾਓ, ਉਹਨੂੰ ਬਹੁਤ ਨੱਚਣ ਦਾ ਚਾਅ ਸੀ, ਉਹ ਆ ਜਾਓ ਜੀ। ਮੈਂ ਮਨਜੀਤ ਦੀਦੀ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਬੋਲੀਆਂ ਪਾ ਕੇ ਨੱਚਣਾ, ਕੋਈ ਸੌਂਗ ਨਹੀਂ ਚੱਲਣਾ, ਨਾ ਕੋਈ ਬੋਲੀਆਂ ਚੱਲਣੀਆਂ ਆ, ਆਪਾਂ ਆਪਣੀਆਂ ਬੋਲੀਆਂ ਪਾਉਣੀਆਂ ਆ। ਜੋ ਵੀ ਸਾਡੀਆਂ ਸਿਆਣੀਆਂ ਬੀਬੀਆਂ ਸੀ, ਤੋ ਦੀਦੀ ਆ ਜਾਓ, ਤੁਸੀਂ ਵੀ ਆਓ, ਸਾਰੇ ਜਣੇ ਉੱਠ ਕੇ ਆਓ। ਇਹ ਆਪਣਾ ਇਕੱਲਿਆਂ ਦਾ ਪ੍ਰੋਗਰਾਮ ਨਹੀਂ, ਸਾਰਿਆਂ ਦਾ ਸਾਂਝਾ ਪ੍ਰੋਗਰਾਮ ਆ। ਨੱਚਣਾ ਗਾਉਣਾ ਮਨ ਕਾ ਚਾਉ, ਟੈਨਸ਼ਨਾਂ ਬਹੁਤ ਹੈ ਦੁਨੀਆ ਦੇ ਉੱਤੇ, ਆਹ ਜਿਹੜਾ ਮੌਕਾ ਫਿਰ ਮੁੜ ਕੇ ਹੱਥ ਨਹੀਂ ਆਉਣਾ ਆਪਣੇ। ਆ ਜਾਓ ਜੀ, ਆਓ ਸਾਰੇ ਜਣੇ। ਬੀਬੀ ਚਾਨੋ ਜੀ ਇੱਕ ਬੋਲੀ ਪਾਉਣ ਲੱਗੇ ਆ, ਸੁਣੋ ਉਹਨੂੰ ਧਿਆਨ ਨਾਲ। ਵੱਜਦਾ ਕੜੋਲੀ ਵੱਜਦੀ, ਕਿਤੇ ਗਾਗਰ ਵੱਜਦੀ, ਕਿਤੇ ਗਾਗਰ ਵੱਜਦੀ, ਸੁਣ ਮੁੰਡੇ, ਕਿਤੇ ਗਾਗਰ ਵੱਜਦੀ, ਕਿਤੇ ਗਾਗਰ ਵੱਜਦੀ, ਕਿਤੇ ਗਾਗਰ ਵੱਜਦੀ, ਕਿਤੇ ਗਾਗਰ ਵੱਜਦੀ, ਕਿਤੇ ਗਾਗਰ ਵੱਜਦੀ। ਸੱਸ ਲੜਦੀ ਕਸਾਰਾ ਲੜਦਾ, ਉਹ ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ। ਦਰਾਣੀ ਲੜਦੀ, ਉਹ ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ, ਸੁਣ ਮੁੰਡਿਆ, ਸੁਣ ਮੁੰਡਿਆ, ਸੁਣ ਮੁੰਡਿਆ। ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ, ਜਿਹੜੀਆਂ ਬੀਬੀਆਂ ਬੈਠੀਆਂ ਆ ਉਹ ਗਿੱਧਾ ਜ਼ਰੂਰ ਪਾਉਣ ਜੀ। ਜੇਠ ਲੜਦਾ ਜੇਠਾਣੀ ਲੜਦੀ, ਕਿਤੇ ਮੈਨੂੰ ਵੀ ਲੜਦੀ। ਹਲੇ ਕਿਤੇ ਮੈਨੂੰ ਵੀ ਲੜਦੀ, ਹਲੇ ਹਲੇ ਕਿਤੇ ਮੈਨੂੰ ਵੀ ਲੜਦੀ, ਕਿਤੇ ਮੈਨੂੰ ਵੀ ਲੜਦੀ, ਸੁਣ ਮੁੰਡਿਆ।
ਪਹਿਲਾਂ ਮਾਤਾ ਦਾ ਉਹਨਾਂ ਦਾ ਗਿੱਧਾ ਹੋਊਗਾ, ਉਸ ਤੋਂ ਬਾਅਦ ਆਪਣੀਆਂ ਬੀਬੀਆਂ ਭੈਣਾਂ ਦਾ ਗਿੱਧਾ ਕਰਾਇਆ ਜਾਊਗਾ, ਉਹ ਵੀ ਤਿਆਰ ਰਹਿਣ ਜੀ, ਲਾ ਦਿਓ ਜੀ। ਹੇ ਨਾ ਦਾਦ ਕੀ ਆਦੀ ਰੜੇ ਪੰਜੀਰੀ ਮੋਲੇ, ਹੇ ਨਾ ਦਾਦ ਕੀ ਆਦੀ ਰੜੇ।
ਹਾਲੇ ਲਓ ਜੀ ਮੈਕ ਲਓ ਮਾਈਕ ਲਓ ਜੀ ਹੁਣ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਰੀਆਂ ਬੱਚੀਆਂ ਸਟੇਜ 'ਤੇ ਆ ਜਾਓ ਪੰਜਾਬੀ ਗਿੱਧਾ ਜਿੱਦਾਂ ਜਿੱਦਾਂ ਬੋਲੀਆਂ ਲੱਗਣਗੀਆਂ ਉੱਦਾਂ ਉੱਦਾਂ ਦੋ ਦੋ ਜਣੀਆਂ ਨੇ ਆ ਕੇ ਸਟੇਜ ਦੇ ਉੱਤੇ ਨੱਚਣਾ ਹੈ ਉਸ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੱਤਾ ਜਾਊਗਾ ਮੈਂ ਸਾਰੀਆਂ ਹੀ ਕੁੜੀਆਂ ਨੂੰ ਬੇਨਤੀ ਕਰਦੀ ਹਾਂ ਅਸੀਂ ਸਾਰੀਆਂ ਬੀਬੀਆਂ ਭੈਣਾਂ ਅੱਗੇ ਬੇਨਤੀ ਕਰਦੇ ਹਾਂ ਵੀ ਕਿਸੇ ਨੇ ਇੱਦਾਂ ਘਰ ਨੂੰ ਨਹੀਂ ਜਾਣਾ ਲੰਗਰ ਛੱਕ ਕੇ ਜਾਣਾ ਸਾਰਿਆਂ ਨੇ ਲੰਗਰ ਬਿਲਕੁਲ ਤਿਆਰ ਆ ਸਿਰਫ 5 ਮਿੰਟ ਦੀ ਗੇਮ ਹੋਰ ਆ ਇੱਥੇ ਉਸ ਤੋਂ ਬਾਅਦ ਲੰਗਰ ਬਿਲਕੁਲ ਤਿਆਰ ਲੰਗਰ ਸਾਰਾ ਛੱਕ ਕੇ ਜਾਣਾ ਜੀ ਕਿਸੇ ਨੇ ਵੀ ਇੱਦਾਂ ਨਹੀਂ ਜਾਣਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਮੇਰੀਆਂ ਸਾਰੀਆਂ ਬੀਬੀਆਂ ਭੈਣਾਂ ਨੇ ਬਹੁਤ ਵੱਧ ਚੜ੍ਹ ਕੇ ਸੇਵਾ ਕੀਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਲੰਗਰ ਛੱਕੇ ਬਿਨਾਂ ਇੱਥੋਂ ਜਾਵੇ ਜ਼ਰੂਰੀ ਬੇਨਤੀ ਹੈ ਜੀ ਬਸ 5 ਮਿੰਟ ਹੋਰ ਆ ਜੀ ਪ੍ਰੋਗਰਾਮ ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤੀ ਹੈ ਜੀ ਤੁਹਾਡਾ ਇੱਥੇ ਆਉਣ 'ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਕੋਟਲਾ ਅਤੇ ਨੂਰਪੁਰ ਸੰਗਤਾਂ ਵਾਸਤੇ ਅਤੇ ਜਿਹੜੇ ਲਾਗੇ ਦੇ ਪਿੰਡਾਂ ਚੱਲ ਕੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਆ ਜੀ ਹੁਣ ਲਾਸਟ ਪਰਫੋਰਮੈਂਸ ਬੱਚਿਆਂ ਦੀ ਆ ਜੀ ਉਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਆ ਰੱਬ ਨੇ ਚਾਹਤ ਅਗਲੇ ਸਾਲ ਇਸ ਤੋਂ ਵੀ ਹੋਰ ਵੀ ਵੱਧ ਅਸੀਂ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਜੀ ਮੈਂ ਬੱਚਿਆਂ ਨੂੰ ਬੇਨਤੀ ਕਰਦੀ ਕਿ ਜਿੱਦਾਂ ਹੀ ਬੋਲੀਆਂ ਸ਼ੁਰੂ ਹੋਣਗੀਆਂ ਇੱਕ ਬੱਚੀ ਨੇ ਇੱਧਰੋਂ ਇੱਕ ਨੇ ਉੱਧਰੋਂ ਨੱਚਣਾ ਆ ਨੱਚ ਕੇ ਪਿੱਛਾ ਆ ਜਾਣਾ ਫਿਰ ਅਗਲੇ ਬੱਚਿਆਂ ਨੇ ਅਗਲੀ ਬੋਲੀ 'ਤੇ ਗਾਹਾਂ ਆਉਣਾ ਆ ਲਓ ਜੀ ਤੁਹਾਨੂੰ ਲੈ ਕੇ ਚੋਰ ਬੋਲੋ
ਹਲੋ ਲਾਸਟ ਪਰਫਾਰਮੈਂਸ ਭੋਲੇ ਦੀ ਬਰਾਤ, ਉੱਠੋ ਜੀ ਸਾਰੇ ਜਣੇ ਉੱਠ ਜਾਓ ਇੱਕ ਵਾਰੀ ਹੁਣ। ਵੱਡੀਆਂ ਕੁੜੀਆਂ ਸਾਰੀਆਂ ਅੱਗੇ ਉੱਠ ਕੇ ਆ ਜਾਓ। ਮੈਂ ਛੋਟੀਆਂ ਬੱਚੀਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਰੇ ਸਟੇਜ ਤੋਂ ਥੱਲੇ ਚਲ ਜਾਓ ਜੀ, ਸਾਰੇ ਜਣੇ ਸਟੇਜ ਤੋਂ ਥੱਲੇ ਚਲ ਜਾਓ। ਹੁਣ ਵੱਡੀਆਂ ਕੁੜੀਆਂ ਦੀ ਵਾਰੀ ਹੈ ਬੋਲੀਆਂ ਦੇ ਉੱਤੇ, ਉਸ ਤੋਂ ਬਾਅਦ ਭੋਲੇ ਦੀ ਬਰਾਤ ਲਾ ਕੇ ਲਾਸਟ ਪਰਫੋਰਮੈਂਸ ਫਿਰ ਬੰਦ ਕੀਤਾ ਜਾਊਗਾ। ਸਾਰਿਆਂ ਨੂੰ ਬੇਨਤੀ ਆ ਕਿ ਗੁਰੂ ਦਾ ਲੰਗਰ ਛੱਕ ਕੇ ਜਾਣਾ ਜੀ, ਲੰਗਰ ਰਾਤ ਤਾਂ ਹੀ ਚੱਲੂਗਾ। ਬੀਬੀਆਂ ਕੋਈ ਟੈਨਸ਼ਨ ਨਾ ਲੈ ਰੋਟੀ ਪਾਣੀ ਦੀ, ਵੀ ਪ੍ਰੋਗਰਾਮ ਤੋਂ ਚੱਲ ਜਾਈਏ ਵੀ ਰੋਟੀ ਤਿਆਰ ਕਰਨੀ ਹੈ। ਆ ਜਾਓ ਜੀ ਵੱਡੀਆਂ ਕੁੜੀਆਂ, ਆ ਜਾਓ ਜੀ।
ਅਸਲੀ ਗਿੱਧਾ ਤਾਂ ਹੁਣ ਪਿਆ ਆ। ਬਹੁਤ ਵਧੀਆ ਪਰਫੋਰਮੈਂਸ ਸਾਰਿਆਂ ਨੇ ਸੀਗੀ। ਉਸ ਤੋਂ ਬਾਅਦ ਹੁਣ ਲਾਸਟ ਪਰਫੋਰਮੈਂਸ ਆ ਜੀ ਭੋਲੇ ਦੀ ਬਰਾਤ। ਸਾਰੀਆਂ ਬੀਬੀਆਂ ਨੂੰ ਬੇਨਤੀ ਆ ਕਿ ਜਿੱਥੇ ਜਿੱਥੇ ਬੈਠੇ ਆ ਉੱਥੇ ਖੜ੍ਹੇ ਹੋ ਕੇ ਭੰਗੜਾ ਪਾ ਦਿਓ ਇੱਕ ਵਾਰੀ, ਆਪਣਾ ਸਾਰਾ ਜਿੰਨਾ ਤੀਆਂ ਤੋਂ ਹਾਂ ਸਫਲ ਹੋ ਜਾਣਾ। ਬਸ ਲਾਸਟ ਲਾਸਟ ਪਰਫੋਰਮੈਂਸ ਹੀ ਆ, ਜਿੱਥੇ ਜਿੱਥੇ ਸਾਰੇ ਜਣੇ ਬੈਠੇ ਆ ਨਾ ਉੱਥੇ ਉੱਠ ਕੇ ਖੜ੍ਹੇ ਹੋ ਕੇ ਭੰਗੜਾ ਪਾ ਦਿਓ। ਆਪਾਂ ਸਮਝਾਂਗੇ ਇਸ ਤੀਆਂ ਤਿਉਹਾਰ ਸਾਰੇ ਖੁਸ਼ੀ ਆ। ਠੀਕ ਆ ਜੀ, ਲਾਸਟ ਪਰਫੋਰਮੈਂਸ ਆ ਜੀ।
ਵਾਹ ਜੀ ਵਾਹ, ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ। ਸਾਰਿਆਂ ਨੇ ਕਿੰਨਾ ਸੋਹਣਾ ਸ਼ੋ ਵਧੀਆ ਲੱਗ ਰਿਹਾ ਤਾਂ ਇੱਕ ਵਾਰੀ ਯਾਰ ਮਾੜੀ ਜਿਹੀ ਦੁਹਾਈ ਜੇ ਪਾ ਕੇ ਦੱਸੋ ਵਧੀਆ ਲੱਗ। ਲਓ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਉਹ ਆਰਟਿਸਟ ਜਿਹਨੂੰ ਤੁਸੀਂ 18 ਸਾਲ ਤੋਂ ਸੁਣ ਰਹੇ ਹੋ, ਜਿਹਨੇ ਤੁਹਾਡੇ ਦਿਲ ਵਿੱਚ ਘਰ ਬਣਾਇਆ ਗਾ ਕੇ ਗਹਿਰਾ ਕਾਲੀ ਐਨਕ ਸਾਨੂੰ ਦਿਓ ਲਿਆ ਕੇ ਇੱਥੇ। ਤੈਨੂੰ ਅਸੀਂ ਹੁਲਾਰਾ ਕਿਉਂ ਦੇਈਏ। ਉਸ ਤੋਂ ਬਾਅਦ ਦੋਤਾਰ ਕਿਉਂ ਛੁਪਾਉਣੀ ਹੈ,
ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜੀ, ਜਿਨ੍ਹਾਂ ਸਾਰਿਆਂ ਨੇ ਇੱਥੇ ਆ ਕੇ ਤੀਆਂ ਦੇ ਤਿਉਹਾਰ ਦੀ ਰੌਣਕ ਨੂੰ ਵਧਾਇਆ। ਦਿਲੋਂ ਧੰਨਵਾਦ ਹੈ ਸਾਰਿਆਂ ਦਾ। ਹੁਣ ਸਾਰਿਆਂ ਨੂੰ ਬੇਨਤੀ ਆ ਕਿ ਕਿਸੇ ਨੇ ਵੀ ਇੱਦਾਂ ਨਹੀਂ ਜਾਣਾ ਲੰਗਰ ਛੱਕ ਕੇ ਜਾਣਾ ਜੀ। ਗੁਰੂ ਘਰ ਵਿੱਚ ਲੰਗਰ ਬਿਲਕੁਲ ਤਿਆਰ ਆ ਜੀ, ਸਾਰੇ ਨੇ ਲੰਗਰ ਛੱਕ ਕੇ ਜਾਣਾ। ਸਪੈਸ਼ਲ ਥੈਂਕਸ ਆ ਜੀ ਸਾਡੀ ਭੈਣ ਪ੍ਰਭਜੋਤ ਕੌਰ, ਪ੍ਰਿਯੰਕਾ ਐਂਡ ਪ੍ਰਿਆ ਕੈਂਥ, ਜਿਨ੍ਹਾਂ ਨੇ ਇਸ ਫੰਕਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੇਵਾ ਭੇਜੀ ਹੈ। ਸੋ ਭੈਣ ਮੇਰੇ ਵੱਲੋਂ ਤੁਹਾਨੂੰ ਦਿਲੋਂ ਥੈਂਕਸ ਆ। ਰੱਬ ਨੇ ਚਾਹਿਆ ਆਪਾਂ ਅੱਗੇ ਇਸ ਤੋਂ ਵੀ ਹੋਰ ਵੀ ਵਧੀਆ ਫੰਕਸ਼ਨ ਕਰਾਂਗੇ, ਬਸ ਤੁਸੀਂ ਸਾਡੇ ਨਾਲ ਰਿਹੋ, ਇੰਨਾ ਬਹੁਤ ਆ। ਸਾਰਿਆਂ ਦਾ ਦਿਲੋਂ ਧੰਨਵਾਦ ਆ ਮੇਰੀਆਂ ਭੈਣਾਂ ਦਾ, ਜਿਹੜੇ ਦੂਸਰੇ ਪਿੰਡੋਂ ਚੱਲ ਕੇ ਵੀ ਇੱਥੇ ਆਏ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਜੀ। ਹੁਣ ਆਪਾਂ ਸਾਰਿਆਂ ਨੇ ਇੱਕ ਜੈਕਾਰਾ ਲਾਉਣਾ ਆ, ਸਾਰਿਆਂ ਨੇ ਬੋਲਣਾ ਉੱਤੇ ਹੱਥ ਕਰਕੇ ਜੀ। ਜੋ ਬੋਲੇ ਸੋ ਨਿਰਭੈ,
ਜੋ ਬਲੇ ਸੋ ਨਿਹਾਲ ਜੇਕਰ ਬਾਬਾ ਖਾਨੇ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਜੇ ਕੋਈ ਕਮੀ ਪੇਸ਼ੀ ਜਾਂ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰ ਦੇਣਾ ਜੀ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ ਜੀ। ਕਿਸੇ ਨੇ ਵੀ ਲੰਗਰ ਛੱਕੇ ਤੋਂ ਬਿਨਾਂ ਨਹੀਂ ਜਾਣਾ, ਲੰਗਰ ਬਿਲਕੁਲ ਤਿਆਰ ਆ ਜੀ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਕਾਰਾ ਬਾਬਾ ਖਾਨੇ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਕੀ ਚੈ। ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ, ਤੇ ਹੁਣੇ ਹੁਣੇ ਉਹਦਾ ਪਿੱਛੇ ਗੀਤ ਆਇਆ ਸੀ, ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ। ਲਓ ਆਪਣੇ ਦਿਲ ਦੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਆ ਰਿਹਾ ਮਨਮੋਹਣ ਵਾਰਸ।
ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ, ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ, ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ। ਮਾਤਾ ਕਲਸਾ ਦਾ ਜਾਇਆ ਏ, ਮਾਤਾ ਕਲਸਾ ਦਾ ਜਾਇਆ ਏ, ਮਾਤਾ ਕਲਸਾ ਦਾ ਜਾਇਆ ਏ। ਆਜੋ ਜੀ ਨੇ ਰੱਬ ਵੇਖਣਾ, ਆਜੋ ਜੀ ਨੇ ਰੱਬ ਵੇਖਣਾ, ਕੰਛੀ ਵਿੱਚ ਆਇਆ ਏ, ਕੰਛੀ ਵਿੱਚ ਆਇਆ ਏ, ਕੰਛੀ ਵਿੱਚ ਆਇਆ ਏ, ਕੰਛੀ ਵਿੱਚ
ਦੂਜੇ ਨਾਲ ਨੀ ਰੁਕ ਜਾ ਕਰਕੇ ਆਪ ਦੇਖ ਲਿਆ ਕਰੋ ਯਾਰ ਮੂਹਰੇ ਆਉਂਦੇ ਹਾਂ ਏਦਾਂ ਲਾਈਵ 'ਤੇ ਥੋੜ੍ਹੀ ਬਾਲਟੀਆਂ ਲਾ ਜਾਣੀਆਂ।